हरि जपो जी। वाहे गुरु वाहे गुरु वाहे गुरु वाहे गुरु जपो सुखिया बैठत सुखिया पाँव नहीं लगे जैसे बुझिया। उठत सुखिया बैठत सुखिया पढ़ो पाँव नहीं लगे जैसे बुझिया। सगल कटा का अंतर जामी रखा एक हमारा स्वामी। सगल कटा का अंतर जामी। वाहे गुरु वाहे गुरु वाहे गुरु वाहे गुरु ओ कृपा। वाहे गुरु हो वाहे गुरु वाहे गुरु वाहे गुरु। सोए जागे चिंता जहाँ कहाँ प्रभु तू बरतनता। सोए चिंता जागे चिंता जहाँ कहाँ प्रभु तू बरतनता। कर सुख बसिया बाहर सुख पाया कहो नानक गुर मंत्र दृढ़ाया। कर सुख वसिया बाहर सुख पाया कहो नानक गुर मंत्र दृढ़ाया। वाहे गुरु 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 सारे जी। वाहे गुरु 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 वाहे वाहे गुरु वाहे गुरु वाहे जहाज वाहे गुरु वाहे गुरु वाहे गुरु चढ़े गुरु जो शरदार से गुरु
वाहेगुरु पुर पार उतार करो कृपा वाहे गुरु वाहे गुरु वाहे सब दी आवाज नहीं आ रही सारे बोलो वाहे गुरु 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 वाहे सारे बोलो आहे गुरु वाहे गुरु वाहे गुरु वाहे गुरु वाहे गुरु मेरे पगता बने आई
प्रभ अपने स्यों भगता बनियाई प्रभ अपने स्यों जल थल मही अल सोई जल थल मही अल सोई हर संता जीव दे न को को पाओ किच नहीं जम नहीं आवे मेरे तेरे सेवक को पाओ किच नहीं जम नहीं आवे मेरे जम नहीं आवे हर संता जीवड न कोई हम संतन की रेन प्यारे हम संतन की सरणा संत हमारी ओट सतानी संत हमारा गहना संतन मोको पूंजी सौंपी तौ तेरे मन का तोखा तर्म राए अब कहां करे गो जो फाटे ओ सगलो लेखा हर संता जीवड न कोई थल मही अल सोई जल थल मही अल सोई हर संता जीवड न को Bye.
वाहेगुरु 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 सारी संगत बोलो वाहेगुरु 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 कोई रसना खाली न रहे जी सारे वाहेगुरु 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 ਤੁਹਾਡੀ ਆਵਾਜ਼ ਸੁਣੀ ਸਭ ਦੇ ਵਾਹਿਗੁਰੂ 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 ਜੋ ਮਗਰ ਤੱਕ ਬੈਠੇ ਹੋ ਸਾਰੇ ਵਾਹਿਗੁਰੂ 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 ਗੱਜ ਕੇ ਗੱਜ ਕੇ ਵਾਹਿਗੁਰੂ 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 ਸੰਤਾਂ ਜੀਵੜੇ न कोई न कोई मेरे राम मेरे राम पढ़ो मेरे राम मेरे हर संता जेवड़े न कोई न कोई मेरे राम मेरे राम सारे बोलिया करो मेरे राम मेरे राम बड़े प्यार नाल सारी संगत ਕਰੋ ਆਪੋ ਆਪਣੀ ਰਸਨਾ ਨੂੰ ਪਵਿੱਤਰ ਸਤਿਗੁਰਾਂ ਦੇ ਲਾਡ ਦੇ ਵਿੱਚ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸ਼੍ਰੀ ਵਾਹਿਗੁਰੂ ਫਿਰ ਇੱਕ ਵਾਰੀ ਬਚਨ ਮੰਨੋ ਅਗਰ ਅਜੇ ਵੀ ਕੋਈ ਰਹਿ ਗਿਆ ਹੋਵੇ ਸਾਰੀ ਸੰਗਤ ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਬੜੇ ਪਿਆਰ ਨਾਲ ਸਾਰੀਆਂ ਸੰਗਤਾਂ ਨੇ ਹੁਣੇ ਸ਼ਬਦ ਪੜ੍ਹਿਆ ਮੇਰੇ ਰਾਮ ਹਰ ਸੰਤਾਂ ਜੇਵਡ ਨਾ ਕੋਈ ਇਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਦੀ ਸ਼ੁਰੂਆਤ ਸਤਿਗੁਰੂ ਕਿੱਥੋਂ ਕਰਦੇ ਕਹਿੰਦੇ ਜੋ ਕਿਛ ਕਰੇ ਸੋਈ ਪ੍ਰਭ ਮਾਨੇ ਗੱਲ ਬੜੀ ਪਿਆਰ ਵਾਲੀ ਜੇ ਧਿਆਨ ਨਾਲ ਸੁਣਿਓ ਅੱਜ ਮਹਾਂਪੁਰਖਾਂ ਦੀ ਯਾਦ ਤੁਸੀਂ ਮਨਾ ਰਹੇ ਹੋ ਕਮਾਈ ਵਾਲਿਆਂ ਦਾ ਵੇਖੋ ਸਤਿਗੁਰਾਂ ਨੇ ਕਿੰਨਾ ਸਤਿਕਾਰ ਕੀਤਾ ਕਹਿੰਦੇ ਜੋ ਕਿਛ ਕਰੇ ਸੋਈ ਪ੍ਰਭ ਮਾਨੇ ਓਏ ਰਾਮ ਨਾਮ ਰੰਗ ਰਾਤੇ ਇੰਨਾ ਸਤਿਕਾਰ ਦਿੱਤਾ ਨਾਮ ਜਪਣ ਵਾਲਿਆਂ ਨੂੰ ਗੁਰੂ ਸਾਹਿਬ ਨੇ
ਕਹਿੰਦੇ ਜੋ ਵੀ ਨਾਮ ਜਪਣ ਵਾਲਾ ਗੁਰਮੁਖ ਪਿਆਰਾ ਆਪਣੇ ਮੁਖੋਂ ਬਚਨ ਕਰ ਦੇਵੇ, ਜੋ ਕਿਛ ਕਰੇ ਔਰ ਜੋ ਵੀ ਪਿਆਰ ਦੇ ਨਾਲ ਉਹ ਕਰੇ, ਜੋ ਵੀ ਕਹਿੰਦੇ ਜੋ ਕਿਛ ਕਰੇ ਸੋਈ ਪ੍ਰਭ ਮੰਨੇ। ਕਹਿੰਦੇ ਜੋ ਵੀ ਪਿਆਰ ਵਾਲਾ ਗੁਰਮੁਖ ਪਿਆਰਾ ਆਪਣੇ ਜੀਵਨ ਦੇ ਵਿੱਚ ਕਰਦਾ ਉਹ ਪ੍ਰਭੂ ਪਰਮਾਤਮਾ ਜੀ ਨੂੰ ਮੰਨਣਾ ਪੈਂਦਾ। ਕਹਦੇ ਵਾਹਿਗੁਰੂ, ਢਿੱਲਾ ਨਾ ਬੋਲੋ, ਇੱਕ ਵਾਰੀ ਗੱਜ ਕੇ ਬੋਲੋ, ਵਾਹਿਗੁਰੂ। ਜੋ ਕਿਛ ਕਰੇ ਸੋਈ ਪ੍ਰਭ ਮੰਨੇ। ਕਿਉਂ ਮੰਨਦਾ? ਕਿਉਂਕਿ ਉਹ ਰਾਮ ਨਾਮ ਰੰਗ ਰਤੇ, ਉਹਨਾਂ ਨੇ ਆਪਣਾ ਜੀਵਨ ਰਾਮ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ। ਇਸੇ ਵਾਸਤੇ ਜੋ ਕੁਛ ਵੀ ਪ੍ਰਭੂ ਦੇ ਸੇਵਕ ਕਰਦੇ ਨੇ, ਜੋ ਕੁਝ ਵੀ ਕਹਿੰਦੇ ਨੇ, ਉਹ ਪ੍ਰਭੂ ਜੀ ਨੂੰ ਮੰਨਣਾ ਪੈਂਦਾ। ਸ਼ਾਇਦ ਅਜੇ ਵੀ ਕਈਆਂ ਦੀ ਪਕੜ 'ਚ ਗੱਲ ਨਾ ਆਈ ਹੋਵੇ। ਗੁਰੂ ਅਰਜਨ ਦੇ ਪਾਤਸ਼ਾਹ ਬੈਠੇ ਸੀ। ਅੱਜ ਮੇਰਾ ਦਿਲ ਕਰਦਾ ਸ਼ਬਦ ਦੇ ਨਾਲ ਅਰਥ ਤੁਹਾਡੇ ਨਾਲ ਮੈਂ ਸਾਂਝੇ ਕਰਾਂ, ਗੁਰੂ ਜੀ ਕਰਾਉਣ ਸੇਵਾ ਲੈਣ। ਗੁਰੂ ਅਰਜਨ ਦੇ ਪਾਤਸ਼ਾਹ ਬੈਠੇ, ਅਜੇ ਪਹਿਲੀ ਪੰਕਤੀ ਹੈ, ਜੋ ਕਿਛ ਕਰੇ ਸੋਈ ਪ੍ਰਭ ਮੰਨੇ, ਓਏ ਰਾਮ ਨਾਮ ਰੰਗ ਰਤੇ। ਪੰਚਮ ਪਾਤਸ਼ਾਹ ਬੈਠੇ ਮੇਰੇ ਹਜ਼ੂਰ, ਤੇ ਆ ਗਿਆ ਬੁੱਧੂ ਸ਼ਾਹ, ਤੇ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਪਿਆਰ ਭਰਿਆ ਉਲਾਂਭਾ ਦਿੰਦਾ, ਕਹਿਣ ਲੱਗਾ, ਸਤਿਗੁਰੂ ਤੁਸੀਂ ਮੈਨੂੰ ਬਚਨ ਕੀਤਾ ਸੀ ਕਿ ਮੇਰੀਆਂ ਇੱਟਾਂ ਮੇਰਾ ਆਵਾ ਸਾਰਾ ਪੱਕਾ ਨਿਕਲੇਗਾ, ਪਰ ਆ ਕੀ? ਸਤਿਗੁਰੂ ਮੇਰੀਆਂ ਸਾਰੀਆਂ ਦੀਆਂ ਸਾਰੀਆਂ ਇੱਟਾਂ ਕੱਚੀਆਂ ਨਿਕਲੀਆਂ ਨੇ। ਹੁਣ ਸਤਿਗੁਰੂ ਤੇ ਦਿਲਾਂ ਦੀਆਂ ਜਾਣਦੇ ਨੇ, ਸਭ ਕੁਝ ਪਤਾ ਹੈ, ਪਰ ਉਹਦੇ ਮੁੱਖੋਂ ਸੁਣਨਾ ਚਾਹੁੰਦੇ ਨੇ। ਮਹਾਰਾਜ ਕਹਿੰਦੇ, ਬੁੱਧੂ ਸ਼ਾਹ ਤੂੰ ਜੋ ਅਸੀਂ ਤੈਨੂੰ ਬਚਨ ਕੀਤੇ ਸਾਰੇ ਮੰਨੇ? ਕਹਿੰਦਾ ਜੀ ਮੰਨੇ, ਲੰਗਰ ਵੀ ਕਰਾਇਆ, ਬਾਣੀ ਦੇ ਪ੍ਰਵਾਹ ਵੀ ਚਲਾਏ, ਮਹਾਰਾਜ ਸਾਰਾ ਆਪ ਜੀ ਦਾ ਬਚਨ ਮੈਂ ਮੰਨਿਆ, ਪਰ ਫਿਰ ਵੀ ਇੱਟਾਂ ਮੇਰੀਆਂ ਕੱਚੀਆਂ ਕਾਰਨ? ਮਹਾਰਾਜ ਕਹਿੰਦੇ, ਜਦੋਂ ਤੂੰ ਲੰਗਰ ਵਰਤਾ ਰਿਹਾ ਸੈਂ, ਕੋਈ ਬਾਤ ਤੇ ਨਹੀਂ ਬੀਤੀ? ਕਹਿੰਦਾ ਮਹਾਰਾਜ ਕੁਝ ਹੋਰ ਨਹੀਂ ਬੀਤਿਆ, ਜਦੋਂ ਮੈਂ ਲੰਗਰ ਵਰਤਾ ਰਿਹਾ ਸੀ, ਇੱਕ ਸਿੱਧੇ ਜੇ ਕੱਪੜਿਆਂ ਦੇ ਵਿੱਚ ਭਾਈ ਲੱਖੂ ਆਇਆ, ਉਹਨੇ ਮੇਰੇ ਕੋਲੋਂ ਪ੍ਰਸ਼ਾਦਾ ਮੰਗਿਆ। ਜਦੋਂ ਉਹਨੇ ਮੇਰੇ ਕੋਲੋਂ ਪ੍ਰਸ਼ਾਦੇ ਦੀ ਮੰਗ ਕੀਤੀ, ਤੇ ਮੈਂ ਉਹਦੇ ਕੱਪੜਿਆਂ ਵੱਲ ਵੇਖ ਕੇ ਉਹਨੂੰ ਪ੍ਰਸ਼ਾਦਾ ਛਕਾਉਣ ਤੋਂ ਨਾ ਕਰਤੀ। ਕਹਦੇ ਵਾਹਿਗੁਰੂ, ਨਹੀਂ ਏਦਾਂ ਨਾ ਬੋਲੋ, ਗੱਜ ਕੇ ਬੋਲੋ। ਮਹਾਰਾਜ ਉਹਨੂੰ ਮੈਂ ਪ੍ਰਸ਼ਾਦਾ ਛਕਾਉਣ ਤੋਂ ਨਾ ਕਰਤੀ ਕਿ ਉਹਦੇ ਪਾਟੇ ਕੱਪੜੇ ਸੀ, ਉਹਦਾ ਪਹਿਰਾਵਾ ਕੁਝ ਇਹੋ ਜਿਹਾ ਸੀ, ਸਾਫ ਸੁਥਰੇ ਕੱਪੜੇ ਨਹੀਂ ਸੀ ਪਾਏ, ਤੇ ਮੈਂ ਨਾ ਕਰਤੀ। ਮਹਾਰਾਜ ਉਹਨੇ ਦੂਜੀ ਵਾਰੀ ਪ੍ਰਸ਼ਾਦਾ ਮੰਗਿਆ, ਮੈਂ ਫਿਰ ਨਾ ਕੀਤੀ। ਮਹਾਰਾਜ ਉਹਨੇ ਤੀਜੀ ਵਾਰੀ ਮੰਗਿਆ, ਫਿਰ ਮੈਂ ਨਾ ਕੀਤੀ, ਤੇ ਤੀਜੀ ਚੌਥੀ ਵਾਰੀ ਉਹ ਨੱਚਣ ਲੱਗ ਪਿਆ, ਤੇ ਨੱਚਦਿਆਂ ਨੱਚਦਿਆਂ ਕਹਿੰਦਾ, ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਕਿ ਭਾਵ ਬੁੱਧੂ ਦੀਆਂ ਇੱਟਾਂ ਕੱਚੀਆਂ ਰਹਿਣਗੀਆਂ, ਬੁੱਧੂ ਦਾ ਆਵਾ ਕੱਚਾ। ਤੇ ਮਹਾਰਾਜ ਮੈਂ ਉਹਦੀ ਕੋਈ ਫਿਕਰ ਨਹੀਂ ਕੀਤੀ, ਕਿਉਂਕਿ ਮੈਨੂੰ ਤੁਹਾਡਾ ਬਚਨ ਸੀ ਕਿ ਮੇਰੀਆਂ ਇੱਟਾਂ ਪੱਕੀਆਂ ਨਿਕਲਣਗੀਆਂ। ਪਰ ਸਤਿਗੁਰੂ ਇਹ ਕੀ? ਉਹ ਪਾਟੇ ਕੱਪੜੇ ਵਾਲੇ ਦਾ ਬਚਨ ਅੱਗੇ ਤੇ ਤੁਹਾਡਾ ਬਚਨ ਪਿੱਛੇ। ਤੇ ਸਤਿਗੁਰੂ ਨੇ ਉਸ ਵੇਲੇ ਇੱਕ ਗੱਲ ਆਖੀ, ਕਹਿਣ ਲੱਗੇ, ਬੁੱਧੂ ਸ਼ਾਹ ਤੂੰ ਭਾਈ ਲੱਖੂ ਦੇ ਪਾਟੇ ਕੱਪੜੇ ਤੇ ਵੇਖੇ, ਪਰ ਉਹਦਾ ਸਾਫ ਮਨ ਨਾ ਵੇਖਿਆ, ਉਹਦੇ ਅੰਦਰ ਜਿਹੜਾ ਪ੍ਰੇਮ ਸੀ ਉਹ ਪ੍ਰੇਮ ਨਾ ਵੇਖਿਆ। ਉਹ ਬੁੱਧੂ ਸ਼ਾਹ, ਜਿਸ ਭਾਈ ਲੱਖੂ ਦੀ ਤੂੰ ਬਾਤ ਕਰਦਾ ਨਾ, ਜਿਹਨੇ ਆਖਿਆ ਬੁੱਧੂ ਦਾ ਆਵਾ ਕੱਚਾ, ਤੈਨੂੰ ਪਤਾ ਉਹ ਕੌਣ ਹੈ? ਮਹਾਰਾਜ ਨਹੀਂ ਪਤਾ। ਮਹਾਰਾਜ ਕਹਿੰਦੇ, ਉਹ ਏਡਾ ਸਾਡਾ ਪਿਆਰ ਵਾਲਾ ਸਿੱਖ ਹੈ, ਜਿਹਨੇ ਆਪਣਾ ਸਾਰਾ ਜੀਵਨ ਨਾਮ ਦੇ ਰੰਗ ਵਿੱਚ ਰੰਗਿਆ, ਤੇ ਅੰਮ੍ਰਿਤ ਵੇਲੇ ਉੱਠ ਕੇ ਇੱਕ ਚੌਂਕੜੇ ਦੇ ਉੱਤੇ ਕੇਸੀ ਇਸ਼ਨਾਨ ਕਰਕੇ ਕੁਝ ਖਾਧੇ ਬਿਨਾਂ ਉਹ ਗੁਰਮੁਖ ਪਿਆਰਾ 21 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਦਾ ਈ। ਕਹਦੇ ਵਾਹਿਗੁਰੂ, ਵਾਹਿਗੁਰੂ, ਫਿਰ ਗੱਜ ਕੇ ਬੋਲੋ, ਵਾਹਿਗੁਰੂ। ਉਹ 21 ਪਾਠ ਜਪਜੀ ਸਾਹਿਬ ਦੇ ਕਰਦਾ ਈ, ਇੰਨਾ ਉਹਨੇ ਆਪਣੇ ਆਪ ਨੂੰ ਨਾਮ ਦੇ ਰੰਗ ਵਿੱਚ ਰੰਗਿਆ। ਤੇ ਬੁੱਧੂ ਸ਼ਾਹ, ਜਿੱਥੇ ਕੋਈ ਪਿਆਰ ਵਾਲਾ ਏਦਾਂ ਆ ਕੇ ਬਚਨ ਕਰ ਦੇਵੇ, ਫਿਰ ਉਹਦਾ ਬਚਨ ਅੱਗੇ ਤੇ ਮੇਰਾ ਬਚਨ ਪਿੱਛੇ ਹੋ ਜਾਂਦਾ। ਵੇਖੋ, ਜੋ ਕਿਛ ਕਰੇ ਸੋਈ ਪ੍ਰਭ ਮੰਨੇ, ਕਿ ਜੋ ਕੁਛ ਵੀ ਨਾਮ ਜਪਣ ਵਾਲਾ ਕਰਦਾ, ਪਰ ਹੋਵੇ ਨਾਮ ਜਪਣ ਵਾਲਾ ਪਖੰਡੀ ਨਾ ਹੋਵੇ, ਆਪਣੇ ਨਾਲ ਜੋੜਨ ਵਾਲਾ, ਆਪਣੀ ਪੂਜਾ ਕਰਾਉਣ ਵਾਲਾ ਨਾ ਹੋਵੇ। ਕਹਦੇ ਵਾਹਿਗੁਰੂ, ਵੇਖ ਲਓ, ਫਿਰ ਭੁੱਲ ਜਾਂਦੇ ਹੋ, ਗੱਜ ਕੇ ਬੋਲੋ, ਵਾਹਿਗੁਰੂ। ਫਿਰ ਗੱਜ ਕੇ ਕਹਿ ਦਿਓ, ਵਾਹਿਗੁਰੂ। ਆਪਣੇ ਨਾਲ ਜੋੜਨ ਵਾਲਾ ਨਾ ਹੋਵੇ, ਅਸਲੀਅਤ ਵਿੱਚ ਨਾਮ ਜਪ, ਔਰ ਨਾਮ ਜਪਣ ਵਾਲੇ ਦੀ ਵੱਡੀ ਨਿਸ਼ਾਨੀ ਹੀ ਇਹ ਹੈ
ਉਹ ਜਦੋਂ ਵੀ ਜੋੜੇਗਾ ਸਤਿਗੁਰੂ ਦੇ ਚਰਨਾਂ ਨਾਲ ਜੋੜੇਗਾ, ਆਪਣੇ ਨਾਲ ਨਹੀਂ ਜੋੜੇਗਾ। ਆਪਣੇ ਕਿੱਲੇ ਨਾਲ ਬੰਨਾਂਗੇ, ਕਿੰਨਿਆਂ ਨੂੰ ਪੱਠੇ ਪਾਲਾਂਗੇ। ਵੱਡੇ ਦੇ ਨਾਲ ਉਹ ਕੰਟੈਕਟ ਜੋੜਦਾ ਜਿਹਦੇ ਖਜ਼ਾਨੇ ਕਦੀ ਮੁੱਕਦੇ ਹੀ ਨਹੀਂ ਨੇ। ਕਹਦੇ ਵਾਹਿਗੁਰੂ ਵਾਹਿਗੁਰੂ। ਇਹ ਸੁਣਿਓ ਧਿਆਨ ਨਾਲ, ਇਹ ਪਹਿਲੀ ਪੰਕਤੀ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਫਰਮਾਉਂਦੇ ਕੀ ਕਹਿੰਦੇ, ਜੋ ਕਿਛ ਕਰੇ ਸੋਈ ਪ੍ਰਭ ਮੰਨੇ। ਨਾਮ ਜਪਣ ਵਾਲਾ ਜੋ ਕੁਛ ਵੀ ਕਰੇ ਪ੍ਰਭੂ ਜੀ ਨੂੰ ਮੰਨਣਾ ਪੈਂਦਾ। ਤੇ ਫਿਰ ਬੁੱਧੂ ਸ਼ਾਹ ਨੇ ਇੱਕ ਗੱਲ ਆਖੀ ਸੀ, ਮਹਾਰਾਜ ਮੇਰਾ ਇੰਨਾ ਨੁਕਸਾਨ, ਮੇਰੀਆਂ ਇੰਨੀਆਂ ਇੱਟਾਂ ਕੱਚੀਆਂ, ਫਿਰ ਕੀ ਬਣੇਗਾ? ਮਹਾਰਾਜ ਕਹਿੰਦੇ, ਮੌਸਮ ਕੁਝ ਇਹੋ ਜਿਹਾ ਬਣੇਗਾ, ਤੇਰੇ ਨਾਲ ਬਚਨ ਕਰਦੇ ਆ, ਤੇਰੀਆਂ ਕੱਚੀਆਂ ਇੱਟਾਂ ਵੀ ਪੱਕੇ ਭਾਅ ਵਿਕ ਜਾਣਗੀਆਂ, ਪਰ ਰਹਿਣਗੀਆਂ ਕੱਚੀਆਂ ਹੀ। ਕਹਿ ਦਿਓ ਵਾਹਿਗੁਰੂ। ਵਿਕ ਪੱਕੇ ਭਾਅ ਜਾਣਗੀਆਂ ਪਰ ਰਹਿਣਗੀਆਂ ਕੱਚੀਆਂ, ਕਿਉਂ? ਇੱਕ ਨਾਮ ਜਪਣ ਵਾਲੇ ਨੇ ਬਚਨ ਕਰ ਦਿੱਤਾ, ਇੱਕ ਕਮਾਈ ਵਾਲੇ ਨੇ ਬਚਨ ਕਰ ਦਿੱਤਾ, ਬੰਦਗੀ ਵਾਲੇ ਨੇ। ਜੋ ਕਿਛ ਕਰੇ ਸੋਈ ਪ੍ਰਭ ਮੰਨੇ, ਜੋ ਕੁਛ ਵੀ ਰੱਬ ਦਾ ਪਿਆਰਾ ਕਰਦਾ ਰੱਬ ਜੀ ਨੂੰ ਮੰਨਣਾ ਪੈਂਦਾ। ਇਸੇ ਵਾਸਤੇ ਅਸੀਂ ਕਮਾਈ ਵਾਲਿਆਂ ਦੀਆਂ ਯਾਦਾਂ ਮਨਾਉਂਦੇ ਹਾਂ ਕਿ ਜੇ ਕਮਾਈ ਵਾਲਿਆਂ ਨੇ ਕਿਤੇ ਸਾਡੀ ਕੋਈ ਐਪਲੀਕੇਸ਼ਨ, ਕੋਈ ਅਰਜ਼ੀ ਲਾਤੀ ਨਾ ਗੁਰੂ ਜੀ ਦੇ ਚਰਨਾਂ ਵਿੱਚ, ਤੇ ਉਹ ਗੁਰੂ ਜੀ ਨੂੰ ਮੰਨਣੀ ਪੈਣੀ ਹੈ। ਕਹਿ ਦਿਓ ਵਾਹਿਗੁਰੂ। ਵਾਹਿਗੁਰੂ। ਕਿਉਂ ਮੰਨਣੀ ਪੈਣੀ? ਕਿਉਂਕਿ ਉਹ ਰਾਮ ਨਾਮ ਰੰਗ ਰਤੇ, ਉਹਨਾਂ ਨੇ ਆਪਣਾ ਸਾਰਾ ਜੀਵਨ ਰੱਬ ਦੇ ਨਾਮ ਦੇ ਨਾਲ ਆਪਣਾ ਜੀਵਨ ਰੰਗਿਆ। ਇਸੇ ਵਾਸਤੇ ਫਿਰ ਅਗਲੀ ਪੰਕਤੀ 'ਚ ਕਹਿੰਦੇ, ਜਦੋਂ ਉਹਨਾਂ ਨੇ ਆਪਣਾ ਜੀਵਨ ਰੰਗਿਆ, ਉਹਨਾਂ ਦਾ ਕਿਹਾ ਪ੍ਰਭੂ ਜੀ ਵੀ ਟਾਲਦੇ ਨਹੀਂ, ਤੇ ਫਿਰ ਤਿਨਕੀ ਸੋਭਾ ਸਭਨੀ ਥਾਈ, ਉਹਨਾਂ ਦੀ ਫਿਰ ਸੋਭਾ ਸਾਰੀਆਂ ਥਾਵਾਂ ਦੇ ਉੱਪਰ ਏ। ਕਹਿ ਦਿਓ ਵਾਹਿਗੁਰੂ। ਧਰਤੀ ਤੇ ਨਹੀਂ, ਤਿੰਨੇ ਲੋਕਾਂ ਦੇ ਵਿੱਚ ਉਹਨਾਂ ਦੀ ਸੋਭਾ ਵਡਿਆਈ। ਕਿਹਨਾਂ ਦੀ? ਜਿਨ ਪ੍ਰਭ ਕੇ ਚਰਨ ਪ੍ਰਾਤੇ, ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰੇਮ ਪਾਲਿਆ। ਹਾਏ ਹਾਏ ਹਾਏ। ਫਿਰ ਤਿਨਕੀ ਸੋਭਾ ਸਭਨੀ ਥਾਈ। ਕਹਿੰਦੇ ਵਾਹਿਗੁਰੂ। ਵਾਹਿਗੁਰੂ। ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਚਰਨਾਂ ਨੂੰ ਪਛਾਣਿਆ, ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਪ੍ਰੇਮ ਪਾਇਆ, ਜਿਨ੍ਹਾਂ ਨੇ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਪਿਆਰਿਓ ਸਾਂਝ ਪਾ ਲਈ, ਸਾਂਝ, ਫਿਰ ਉਹਨਾਂ ਦੀ ਸੋਭਾ ਸਭਨੀ ਥਾਈ। ਕਿਵੇਂ ਕਹਿ ਰਹੇ ਸਤਿਗੁਰੂ? ਇੱਕ ਜਗ੍ਹਾ ਤੇ ਪੜ੍ਹਿਓ, ਮੇਰੇ ਤੋਂ ਬਾਅਦ ਵੀਰੋ ਤੁਸੀਂ ਬੋਲਿਓ ਗੱਜ ਕੇ, ਮੇਰੀ ਬੇਨਤੀ ਜੇ। ਤੀਜੇ ਹਿੱਸੇ 'ਚ ਬੋਲਣ ਮੇਰੀਆਂ ਭੈਣਾਂ ਗੱਜ ਕੇ, ਕਿਸੇ ਦੀ ਢਿੱਲੀ ਆਵਾਜ਼ ਨਾ ਆਵੇ, ਗੱਜ ਕੇ ਕੀਰਤਨ ਕਰਿਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਤਿਨਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਤੇ। ਇੱਕ ਜਗ੍ਹਾ ਤੇ ਹੋਰ ਸਤਿਗੁਰੂ ਬੋਲੇ ਕੀ, ਪੜ੍ਹਿਓ, ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ, ਬੋਲੋ, ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ। ਅਰੇ ਵੀਰ ਬੋਲੋ, ਮੇਰੇ ਬੋਲੋ ਵੀਰੋ, ਸੋਭਾ ਜੁਗ ਜੁਗ ਹੋਈ। ਸਾਰੀਆਂ ਭੈਣਾਂ ਬੋਲੋ ਮੇਰੀਆਂ, ਸੋਭਾ ਜੁਗ, ਥੋੜਾ ਉੱਚੀ ਬੋਲੋ ਭੈਣਾਂ, ਥੋੜਾ ਜਿਹਾ ਉੱਚੀ, ਸੋਭਾ, ਹਾਂ ਸ਼ਾਬਾਸ਼, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਦੀ ਸੋਭਾ ਜੁਗ ਜੁਗ। ਬੋਲੋ ਭੈਣਾਂ ਮੇਰੀਆਂ, ਉਹਨਾਂ ਦੀ, ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ ਉਹਨਾਂ ਦੀ, ਸੋਭਾ ਜੁਗ ਜੁਗ ਹੋਈ। ਗੱਜ ਕੇ ਸੋਭਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਖਾਰਾ ਜਿਨ ਹਰਮਨ ਵਸਿਆ, ਸੇ ਦਰ ਸਾਚੇ
जिन हर मन वसया से दर साचे दर साचे सचियारा ओना दी सोपा जुग जुग गोई कोई जिथे जाए बहे मेरा सतगुरु सो थान सुहावा राम राजे गुरसिखी सो थान पालिया लै तूर मुख लावा गुरसिखा की काल थाए पाई जिन हर नाम ते आवा जिन नानक सतगुर पूजया तिन कर पूज करावा बोलो जी सोपा जुग जुग होई ओना दी सोपा जुग जुग होई बोलो सोपा जुग जुग होई ओना दी सोपा जुग जुग हो हरिया भैणा बोलो सारी संगत बोलो वाहे गुरु वाहे गुरु वाहे चरण तुम्हारे वाहे गुरु वाहे गुरु वाहे संतन का सत पावो वाहे गुरु वाहे गुरु वाहे गुरु संतन का सत पावो वाहे गुरु वाहे गुरु संतन का वाहे गुरु 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 सोपा जुग जुग खोई ओना दी सोपा जुग जुग खोई सोपा जुग जुग होई ओना दी सोपा जुग जुग हो भैणा सारिया सोपा जुग जुग वाह वाह तिन की शोभा सबनी थाई जिन प्रभ के चरण पराते जिन्हां ने अपने प्रभु दे चरणा दे नाल सांझ पाई फिर तिन्हां दी शोभा सबनी थाई है सबनी थाई इत्थे भी उत्थे भी कह दो वाहिगुरु लोक विच भी परलोक विच भी खलत विच भी पलत विच भी हर जगह ते तिन की शोभा सबनी थाई जिन प्रभ के चरण पराते फिर इसे वास्ते सतगुरु कहिंदे मेरे राम हर संतां जेवड न कोई कहिंदे उहदे संतां वर्गा प्यारे गुरसिखां वर्गा प्यारियां रंग रतड़ियां रूहां वर्गा वड्डा दूजा होर है ही कोई नहीं। महाराज जी मन फिर सवाल करेगा महाराज दसो संतां वर्गा दूजा वड्डा क्यों नहीं कोई। महाराज कहिंदे संतां ने एक कम अपने जीवन दे विच बड़ा वड्डा कीता है। महाराज जी केड़ा कम कहिंदे भगतां बण आई प्रभ अपने स्यों कह दिओ वाहिगुरु वाहिगुरु भगतां ने अपने प्रभु दे नाल यारी पाई अंदरों यारी भगतां बण आई प्रभ अपने स्यों ते प्रभ केड़ा जल थल मैयल सोई जेड़ा जल विच भी थल विच भी हर जगह ते वसदा उहदे नाल भगतां ने यारी पाई इसे लई संतां वर्गा भगतां वर्गा कमाई वाले गुरसिखां वर्गा वड्डा दूजा कोई नहीं क्योंकि उहनां ने वड्डे दे नाल यारी लाई होई है।
कह दो वाहेगुरू वेख लो फिर भुल जाते हो गज बोलो वाहेगुरू। उन्होंने वड्डे दे नाल यारी लाई ते जेड़ा वड्डे दे नाल यारी लावे वो वड्डे दे विच गुण है, जेड़ा वड्डे नाल यारी लाउंदा उन्नू भी वो वड्डिया ही कर देंदा। कह दो वाहेगुरू कबीर चंदन का बिरवा भला बेड़ियों ढाक पलास ओए पी चंदन होए रहे बसे जो चंदन पास। जेड़ा वड्डे नाल यारी लाउंदा वो भी वड्डा ही बन जाता है वड्डा वड्डा। अगलियां पंक्तियां च मेरे सतगुरु ने की आख्या कहिंदे कोट अपराधी संत संग उधर है। हो किड्डी गहराई इस पंक्ति विच कहिंदे करोड़ा पाप करन वाला अपराधी भी जे महापुरखां दी शरण विच आ जावे ते उहदा भी उधार हो जांदा है। कोट अपराधी संत संग उधर है। शायद अजे कई ना समझ पाए हो करोड़ा पाप करन वाला कमाई वालियां दी शरण च आवे उहदा उधार किवें। देखो प्यारे हो भाई विधि चंद जी का तुसी सब ने नाम सुनिया, मैं कोई साखी नहीं सुनाउणी बस टूक मात्र इशारा है। भाई विधि चंद जी का जे पहला जीवन पढ़ो ते चोरियां करदे सी पिंड दे विच्चों मझां चुरा के भज्जे सी ते मगर लग गए सी पिंड वाले मझां ते वड़ गईयां सी छप्पड़ दे विच ते ए लोकां नूं कोई थां लभदे सी लोकां किथे ते छप्पड़ दे कंडे प्यारे हो एक रब दा प्यारा भाई अदली उपर चादर पाई ते नाम सिमरण दे अभ्यास च जुड़िया सी ते भाई अदली नूं जाके बस इन्ना ही आख्या सी भाई मैं चोर हाँ मेरे पिछे पिंड वाले लगे ही अगे तो चोरियां नहीं करांगा ये मेरा वादा रहा पर अज मेरी जान बचा लै। गल सुणियो अज मेरी जान बचा। ते उस वेले भाई अदली ने एक गल आखी कहण लगे आ चादर अपने उत्ते लै लै चोरियां तो पक्की करी अज तो तौबा चादर अपने उत्ते पा लै ते जो मैं जपदा तू भी जपन लग पै। कह दो वाहेगुरू है जी जो मैं जपदा तू भी जप। भाई अदली ने असलीयत दे विचों कपड़े की चादर नहीं दिती नाम की चादर देती जिस नाम की चादर ने सारे पर्दे ढक ले जिस नाम की चादर ने सारे ही पर्दे कज ले। जदों चादर पाई उत्ते एक पासे भाई अदली बोलते ने वाहेगुरु दूजे पासे भाई विधि चंद बोलते वाहेगुरु। तुसी भी बोलो सारे फिर बोलो प्यार नाल वाहेगुरु 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 वाहेगुरु। भाई अदली जपाउंदे ने भाई विधि चंद जपदे ने इन्हे नूं पिंड वाले आ गए। पिंड वाले कहिंदे भाई अदली तू रोज इत्थे सिमरन च बहिंदा अज कोई चोर ते नहीं वेख्या तैं साडियां मझां चोरी करके भजे आ। कहिंदे नहीं मैं नहीं वेख्या। बईए तेरे नाल कौण है हुण चोरियां छड़ चुके सी उन्होंने भी सच बोलिया भाई अदली ने कहिंदे मेरा साथी ये नाम जपदा है। कह दो वाहेगुरु ये मेरा साथी है मेरे नाल नाम जपदा है। बई मझां ते नहीं वेखियां कहिंदे आओ सामने छप्पड़ विच वेख लो जे तुहाडियां ने ते लै जाओ मेरे कहण दा इशारा समझियो। एक नाम जपण वाले दी संगत कीती एक चोरियां करन वाले ने भी ते एक समा एहो जिहा आया जदों गुरु हरगोबिंद साहिब ने भी अपनी छाती दे नाल लाया ते छाती नाल ला के इन्नी गल आखी सी विधि चंद छीना गुरु का सीना। कह दो वाहेगुरु कोट अपराधी संत संग उधर है। करोड़ा पाप करन वाला भी एक नाम जपण वाले दी जे शरण विच आ जावे ते उहदा भी उधार हो जांदा है। अपराधना दे करके जिस बंदे नूं जामने लैण आउणा सी कहिंदे हुण जदों नाम जपण वालियां दी संगत करके नाम जपण लग पिया फिर जम तां कै नेड़ ना आवे। कह दे वाहेगुरू हुण जमदूत उहदे नेड़े नहीं हुण ते उह साहब बन गया रेरे दरगे कहे न कहो आओ बैठ आदर सब देऊ। दरगाह विच भी कोई ओए कह के नहीं बुला सकदा भावें पहले कोई अपराध करन वाला है पर जदों नाम जपण वालियां दी शरण विच आ के नाम जपण लग पिया ते कोट अपराधी संत संग उधर है जम तंके नेड़ ना आवे जमदूत उहदे फिर नेड़े नहीं आ सकदे। कह दो वाहेगुरू फिर अगे कहिंदे जन्म जन्म का बिछड़िया होवे। एक जाने ने मेरे कोलों सवाल कीता सी शायद तुहाडे कोलों भी कई करदे होणगे भाई सब दसो जेड़े नाम जपण वाले ने गुरमुख प्यारे वो कम काज की करते ने कम काज की करते
ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਕਿਰਤ ਕਰੋ ਤੇ ਨਾਮ ਜਪਣ ਵਾਲੇ ਤੇ ਕਿਰਤ ਕਰਦੇ ਕੋਈ ਨਹੀਂ, ਕਹਿ ਦੇ ਵਾਹਿਗੁਰੂ ਸੁਣਿਓ ਧਿਆਨ ਨਾਲ। ਨਹੀਂ ਭਾਈ, ਕਦੀ ਵੀ ਇਹ ਘਟੀਆ ਸੋਚ ਅੰਦਰ ਨਾ ਬਣਾਇਓ, ਨਾਮ ਜਪਣ ਵਾਲੇ ਜਿਹੜੀ ਕਿਰਤ ਕਰਦੇ ਨੇ ਅਸੀਂ ਕਰ ਹੀ ਨਹੀਂ ਸਕਦੇ। ਨਾਮ ਜਪਣ ਵਾਲੇ ਵੀ ਕਿਰਤ ਕਰਦੇ ਨੇ, ਕਿਹੜੀ ਕਿਰਤ? ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰ ਸਿਉ ਆਣ ਮਿਲਾਵੇ। ਕਹਿੰਦੇ ਜਿਹੜੇ ਜਨਮਾਂ ਜਨਮਾਂ ਦੇ ਟੁੱਟੇ ਪਏ ਨੇ ਨਾ, ਉਹਨਾਂ ਦੀ ਸਾਂਝ ਗੁਰੂ ਦੇ ਨਾਲ ਬਣਾ ਦਿੰਦੇ ਨੇ। ਇਹ ਨਾਮ ਜਪਣ ਵਾਲਿਆਂ ਦਾ ਕਾਰੋਬਾਰ ਹੈ, ਕਹਿ ਦਿਓ ਵਾਹਿਗੁਰੂ। ਇਹ ਨਾਮ ਜਪਣ ਵਾਲਿਆਂ ਦੀ ਕਿਰਤ ਹੈ, ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰ ਸਿਉ ਆਣ ਮਿਲਾਵੇ। ਨਾਮ ਜਪਣ ਵਾਲੇ ਵੀ ਕਿਰਤ ਕਰਦੇ ਨੇ, ਨਾਮ ਜਪਣ ਵਾਲੇ ਵੀ ਕਮਾਈ ਕਰਦੇ ਨੇ, ਨਾਮ ਜਪਣ ਵਾਲੇ ਵੀ ਪਿਆਰੇ ਕਾਰੋਬਾਰ ਕਰਦੇ ਨੇ। ਇਹ ਉਹਨਾਂ ਦਾ ਕਾਰੋਬਾਰ ਹੈ ਕਿ ਟੁੱਟੀਆਂ ਰੂਹਾਂ ਨੂੰ ਰੱਬ ਦੇ ਨਾਲ ਜੋੜਨਾ। ਕਹਿ ਦਿਓ ਵਾਹਿਗੁਰੂ। ਵਾਹਿਗੁਰੂ। ਫਿਰ ਗੱਜ ਕੇ ਬੋਲੋ ਵਾਹਿਗੁਰੂ। ਅੱਗੇ ਇਸ ਸ਼ਬਦ ਵਿੱਚ ਕਿਵੇਂ ਕਿਵੇਂ ਮੇਰੇ ਸਤਿਗੁਰੂ ਨੇ ਬਚਨ ਕੀਤੇ, ਏਡਾ ਪਿਆਰਾ ਸ਼ਬਦ, ਬਾਣੀ ਤੇ ਸਾਰੀ ਪਿਆਰੀ ਹੈ ਪਰ ਅੱਜ ਦੇ ਮਾਹੌਲ ਮੁਤਾਬਕ ਇਹ ਸ਼ਬਦ ਬੜਾ ਢੁੱਕਦਾ ਸੀ, ਤਾਂ ਮੇਰੇ ਮਨ ਚ ਫੁਰਨਾ ਬਣਿਆ ਕਿ ਅੱਜ ਇਹ ਸ਼ਬਦ ਪੜ੍ਹੀਏ ਤੇ ਨਾਲ ਥੋੜੇ ਥੋੜੇ ਅਰਥ, ਥੋੜੀ ਥੋੜੀ ਵਿਆਖਿਆ, ਥੋੜਾ ਥੋੜਾ ਇਹਦੇ ਨਾਲ ਕਥਾ ਹੋਵੇ ਤਾਂ ਜੋ ਮਨ ਹੋਰ ਜੁੜੇ ਕਿ ਗੁਰੂ ਦੀ ਬਾਣੀ ਕਹਿ ਕੀ ਰਹੀ ਹੈ, ਅਸੀਂ ਜਿਹੜਾ ਸ਼ਬਦ ਪੜ੍ਹ ਰਹੇ ਹਾਂ ਸ਼ਬਦ ਕਹਿ ਕੀ ਰਿਹਾ। ਇਹ ਸ਼ਬਦ ਦੀ ਵਿਚਾਰ ਥੋੜੀ ਜਿਹੀ ਅੱਗੇ ਹੋਰ ਵਧਾਵਾਂਗੇ। ਉਸ ਤੋਂ ਪਹਿਲਾਂ ਮੇਰੇ ਮਨ ਦੀ ਭਾਵਨਾ ਬਣੀ, ਇੱਕ ਵਾਰੀ ਇਹ ਪੰਕਤੀਆਂ ਪੜ੍ਹਿਓ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੀ ਸੰਗਤ ਪਿਆਰ ਚ ਕਿਰਪਾ ਕਰਿਓ ਜੀ। ਗੁਰੂ ਜੀ ਕੀ ਕਹਿ ਰਹੇ? ਧੰਨ ਗੁਰੂ ਅਰਜਨ ਦੇ ਪਾਤਸ਼ਾਹ, ਸਭ ਨੂੰ ਬੇਨਤੀ, ਸਭ ਨੇ ਬੋਲਣਾ ਨਾਲ ਨਾਲ। ਹਰ ਸੰਤਾਂ ਜੇ ਵੱਡੇ ਨਾ ਕੋਈ, ਨਾ ਕੋਈ ਮੇਰੇ ਰਾਹ, ਮੇਰੇ ਰਾਹ ਪੜੋ, ਮੇਰੇ ਰਾਹ, ਮੇਰੇ ਰਾਹ। ਹਰ ਸੰਤਾਂ ਜੇ ਵੱਡੇ ਨਾ ਕੋਈ, ਨਾ ਕੋਈ ਮੇਰੇ ਰਾਹ, ਮੇਰੇ ਰਾਹ ਪੜੋ, ਮੇਰੇ ਰਾਹ, ਮੇਰੇ ਰਾਹ। ਭਗਤਾਂ ਬਣਿਆਈ ਪ੍ਰਭ ਆਪਣੇ ਸਾਰੇ ਗੱਜੋ ਸੰਤਾ ਕੋ ਮਤ ਕੋਈ ਨਹੀਂ।
ਸਤਨਾਮ ਸ਼੍ਰੀ ਵਾਹਿਗੁਰੂ। ਅਗਲੀਆਂ ਪੰਕਤੀਆਂ ਵਿੱਚ ਸਤਿਗੁਰਾਂ ਨੇ ਇੱਕ ਹੋਰ ਵੱਡੀ ਬਖਸ਼ਿਸ਼ ਆਖੀ। ਕਹਿੰਦੇ ਜਿਹੜੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਦੇ ਨੇ, ਜਿਹੜੇ ਉਹਨਾਂ ਦੀ ਸ਼ਰਨ ਵਿੱਚ ਆਉਂਦੇ ਨੇ, ਉਹਨਾਂ 'ਤੇ ਇੱਕ ਵੱਡੀ ਕਿਰਪਾ ਹੋਰ ਵਰਤਦੀ। ਹੱਥ ਜੋੜ ਕੇ ਪੁੱਛੋ ਗੁਰੂ ਅਰਜਨ ਦੇਵ ਪਾਤਸ਼ਾਹ ਕੋਲੋਂ, ਮਹਾਰਾਜ ਕਿਹੜੀ ਕਿਰਪਾ ਵਰਤਦੀ? ਤੇ ਸਤਿਗੁਰੂ ਕਹਿੰਦੇ, ਮਾਇਆ ਮੋਹ ਭਰਮ ਭਉ ਕਾਟੇ। ਮਾਇਆ ਦਾ ਮੋਹ, ਗ੍ਰਿਸਤੀ ਦੇ ਕੋਲ ਮਾਇਆ ਕਰੋੜਾਂ ਦੇ ਹਿਸਾਬ ਨਾਲ ਹੋਵੇ, ਕਰੋੜਾਂ ਦੇ ਹਿਸਾਬ ਨਾਲ ਸੁਣਿਆ, ਉਹ ਗ੍ਰਿਸਤੀ ਕਾਹਦਾ ਜਿਹਦੇ ਕੋਲ ਮਾਇਆ ਨਹੀਂ, ਉਹ ਸਾਧੂ ਵੀ ਕਾਹਦਾ ਜਿਹੜਾ ਮਾਇਆ ਦੇ ਨਾਲ ਜਫਾ ਪਾ ਕੇ ਬੈਠਾ। ਕਹਿੰਦੇ ਵਾਹਿਗੁਰੂ, ਸੁਣਿਓ, ਮਾਇਆ ਨਹੀਂ ਮੁੱਕੀ ਗ੍ਰਿਸਤੀ ਦੇ ਕੋਲ ਜਦੋਂ ਸੰਤਾਂ ਦੀ ਸ਼ਰਨ ਵਿੱਚ ਆਇਆ। ਮਾਇਆ ਤੇ ਆਈ ਪਰ ਅੰਦਰੋਂ ਮਾਇਆ ਦਾ ਮੋਹ ਮੁੱਕ ਗਿਆ, ਮਾਇਆ ਦੀ ਪਕੜ ਮੁੱਕ ਗਈ। ਪਕੜ ਸ਼ਾਇਦ ਅਜੇ ਕਈ ਨਾ ਸਮਝੇ ਹੋਣ, ਮਾਇਆ ਦੀ ਪਕੜ ਮੁੱਕਣੀ ਕੀ? ਅੱਗੇ ਸਮਝਦਾ ਸੀ ਕਿ ਇਹ ਮੇਰਾ ਧਨ ਹੈ, ਇਹ ਮੇਰਾ ਪਰਿਵਾਰ ਹੈ, ਇਹ ਮੇਰੀ ਕੋਠੀ ਹੈ, ਇਹ ਮੇਰਾ ਕਾਰੋਬਾਰ ਹੈ। ਹੁਣ ਸੰਤਾਂ ਮਹਾਂਪੁਰਖਾਂ ਨੇ ਕਿਰਪਾ ਕਰਤੀ, ਸਾਰਾ ਸੰਸਾਰ ਬਿਨ ਸੰਹਾਰ ਦਿਖਾ ਦਿੱਤਾ। ਜਿਹੜਾ ਅੱਗੇ ਮੇਰਾ ਮੇਰਾ ਕਰਦਾ ਸੀ, ਹੁਣ ਕਹਿੰਦਾ ਗਰੀਬ ਨਿਵਾਜ ਪਾਤਸ਼ਾਹ ਸਭ ਤੇਰੀਆਂ ਵਡਿਆਈਆਂ ਨੇ। ਕਹਦੇ ਵਾਹਿਗੁਰੂ, ਫਿਰ ਗੱਜ ਕੇ ਬੋਲੋ ਵਾਹਿਗੁਰੂ। ਅੰਦਰੋਂ ਮਾਇਆ ਦਾ ਮੋਹ ਖਤਮ, ਮਾਇਆ ਦੀ ਪਕੜ ਮੁੱਕ ਗਈ। ਅੱਗੇ ਆਪਣਾ ਘਰ ਭਰ ਕੇ ਖੁਸ਼ ਹੁੰਦਾ ਸੀ, ਹੁਣ ਦੂਜਿਆਂ ਦੇ ਮੂੰਹ ਦੇ ਵਿੱਚ, ਲੋੜਵੰਦਾਂ ਦੇ ਮੂੰਹ ਵਿੱਚ ਬੁਰਕੀਆਂ ਪਾ ਕੇ ਖੁਸ਼ ਹੋਣ ਲੱਗ ਪਿਆ। ਅੱਗੇ ਕਹਿੰਦਾ ਸੀ ਮੇਰੇ ਕੋਲ ਹੀ ਆਵੇ, ਹੁਣ ਕਹਿੰਦਾ ਮੇਰੇ ਕੋਲ ਵੀ ਆਵੇ ਤੇ ਦਾਤਿਆ ਕਿਰਪਾ ਕਰੀ, ਜਿਹੜਾ ਮੇਰੇ ਬੂਹੇ ਤੇ ਲੋੜਵੰਦ ਆ ਜਾਵੇ ਉਹ ਵੀ ਮੇਰੇ ਕੋਲੋਂ ਕਦੀ ਖਾਲੀ ਨਾ ਮੁੜੇ। ਮਾਇਆ ਦਾ ਮੋਹ ਮੁੱਕਿਆ, ਮਾਇਆ ਨਹੀਂ ਮੁੱਕੀ। ਇਹ ਗੱਲ ਬੜੀ ਬਰੀਕ ਹੈ। ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਬੈਠੇ ਸੀ ਤੇ ਇੱਕ ਪਾਠੀ ਸਿੰਘ ਨਾਲ ਅਰਦਾਸ ਕਰਨ ਲੱਗ ਪਿਆ ਤੇ ਅਰਦਾਸ 'ਚ ਪਤਾ ਕੀ ਕਹਿੰਦਾ? ਕਹਿੰਦਾ ਮਹਾਂਪੁਰਖੋ, ਗੁਰੂ ਸਾਹਿਬ ਜੀ ਕਿਰਪਾ ਦੇ ਖਾਤੇ ਖੋਲੋ, ਮੇਰਾ ਦੇ ਖਾਤੇ ਖੋਲੋ, ਬਖਸ਼ਿਸ਼ ਦੇ ਖਾਤੇ ਖੋਲੋ, ਮੈਨੂੰ ਮਾਇਆ ਤੋਂ ਬਚਾਓ।
ਮੈਨੂੰ ਮਾਇਆ ਤੋਂ ਬਚਾਓ ਅਰਦਾਸ ਕਰਨ ਲੱਗ ਪਿਆ, ਮੈਨੂੰ ਮਾਇਆ ਤੋਂ ਬਚਾਓ। ਜਦੋਂ ਅਰਦਾਸ ਦੀ ਸਮਾਪਤੀ ਕੀਤੀ ਤੇ ਮਹਾਂਪੁਰਖਾਂ ਨੇ ਬਾਬਾ ਨੰਦ ਸਿੰਘ ਜੀ ਨੇ ਕੋਲ ਬੁਲਾ ਲਿਆ, ਕੋਲ ਬੁਲਾ ਕੇ ਕਹਿੰਦੇ ਕਹਿੰਦੇ ਭਾਈ ਦੱਸ ਇੱਕ ਗੱਲ ਦਾ ਜਵਾਬ ਦੇ, ਗ੍ਰਿਸ਼ਤੀ ਹੈ ਕਿ ਸਾਧੂ ਹੈ? ਕਹਿੰਦਾ ਜੀ ਗ੍ਰਿਸ਼ਤੀ ਆ। ਵੀ ਕਿੰਨੇ ਬੱਚੇ ਨੇ ਤੇਰੇ? ਕਹਿੰਦਾ ਜੀ ਤਿੰਨ ਬੱਚੇ ਨੇ। ਕਹਿੰਦੇ ਫਿਰ ਗੁਰੂ ਨਾਨਕ ਦੇ ਅੱਗੇ ਤੂੰ ਆਪਣੀ ਅਰਜ਼ੀ ਗਲਤ ਦੇ ਕੇ ਆ ਗਿਆ। ਕਹਦੇ ਵਾਹਿਗੁਰੂ, ਤੂੰ ਅਰਜ਼ੀ ਦੇ ਦਿੱਤੀ ਹੈ ਕਿ ਮਹਾਰਾਜ ਮੈਨੂੰ ਮਾਇਆ ਤੋਂ ਬਚਾਓ। ਗ੍ਰਿਸ਼ਤੀ ਦਾ ਤੇ ਇੱਕ ਪਲ ਵੀ ਮਾਇਆ ਤੋਂ ਬਿਨਾਂ ਨਹੀਂ ਲੰਘਦਾ, ਇੱਕ ਪਲ ਵੀ। ਤੂੰ ਗਲਤ ਅਰਜ਼ੀ ਦੇ ਕੇ ਆ ਗਿਆ, ਮਹਾਰਾਜ ਮੈਨੂੰ ਮਾਇਆ ਤੋਂ ਬਚਾਓ। ਬਾਬਾ ਜੀ ਤੁਸੀਂ ਆਪ ਸੁਮਤ ਬਖਸ਼ੋ, ਕੀ ਅਰਦਾਸ ਕਰਨੀ ਚਾਹੀਦੀ? ਕਹਿੰਦੇ ਮਾਇਆ ਨਹੀਂ ਮਾੜੀ, ਮਾਇਆ ਦੇ ਛਲ ਛਿੱਦਰ ਮਾੜੇ ਨੇ। ਕਹਦੇ ਵਾਹਿਗੁਰੂ, ਜਦੋਂ ਮਾਇਆ ਦਾ ਹੰਕਾਰ ਹਿਰਦੇ ਤੇ ਆ ਕੇ ਬਹਿੰਦਾ ਨਾ, ਉਹ ਮਾੜਾ, ਉਹ ਮਾੜਾ। ਜਦੋਂ ਹੰਕਾਰ ਦੇ ਵਿੱਚ ਬੰਦਾ ਗਲਤ ਕੰਮ ਕਰਦਾ ਉਹ ਮਾੜੇ ਨੇ, ਮਾਇਆ ਨਹੀਂ ਮਾੜੀ। ਮਾਇਆ ਜਦ ਤੱਕ ਜੇਬ ਤੱਕ ਸੀਮਤ ਹੈ ਉਹ ਮਾੜੀ ਨਹੀਂ, ਬਸ ਹੰਕਾਰ ਹਿਰਦੇ ਤੇ ਨਹੀਂ ਆਉਣ ਦੇਣਾ। ਗੱਲ ਇੰਨੀ ਹੈ, ਮਾਇਆ ਦੇ ਮੋਹ ਚ ਨਹੀਂ ਪੈਣਾ, ਮਾਇਆ ਤੇ ਚਾਹੀਦੀ। ਦੱਸੋ ਕਿਹੜਾ ਬੰਦਾ ਜਿਹੜਾ ਇਸ ਵੇਲੇ ਹੱਥ ਖੜਾ ਕਰਕੇ ਦੱਸੇ ਮੇਰਾ ਮਾਇਆ ਤੋਂ ਬਿਨਾਂ ਗੁਜ਼ਾਰਾ ਹੋ ਜਾਂਦਾ? ਇੱਕ ਵੀ ਨਹੀਂ ਹੋਏਗਾ, ਸਾਰੇ ਅਸੀਂ ਗ੍ਰਿਸ਼ਤੀ ਹਾਂ। ਜਦੋਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਬੰਦਾ ਗਿਆ, ਮਾਇਆ ਨਹੀਂ ਮੁੱਕੀ। ਮਾਇਆ ਤੇ ਆਈ ਪਰ ਮਾਇਆ ਦਾ ਮੋਹ ਮੁੱਕ ਗਿਆ। ਮਾਇਆ ਮੋਹ ਭਰਮ, ਵਹਿਮ ਭਰਮ ਜਿਹੜੇ ਅੰਦਰ ਸੀ ਉਹ ਵੀ ਮੁੱਕ ਗਏ ਹੁਣ। ਕਹਦੇ ਵਾਹਿਗੁਰੂ, ਵਾਹਿਗੁਰੂ ਜੀ। ਅੱਜ ਤੇ ਮੰਗਲਵਾਰ ਏ, ਮੈਂ ਸਿਰ ਨਹੀਂ ਧੋਣਾ। ਅੱਜ ਸ਼ਨਿਚਰਵਾਰ ਏ, ਮੈਂ ਕੱਪੜੇ ਨਹੀਂ ਧੋਣੇ। ਅੱਜ ਵੀਰਵਾਰ, ਮੈਂ ਇਹ ਕੰਮ ਨਹੀਂ ਕਰਨਾ। ਨਹੀਂ, ਇਹੋ ਜਿਹੇ ਵਹਿਮ ਭਰਮ ਵੀ ਅੰਦਰੋਂ ਨਿਕਲ ਗਏ, ਅੰਦਰੋਂ ਭਟਕਣਾ ਨਿਕਲ ਗਈਆਂ ਸਾਰੀਆਂ। ਹੁਣ ਸਾਰੇ ਦਿਨ ਵਾਰ ਗੁਰੂ ਦੇ ਲੱਗਦੇ ਨੇ। ਅੱਗੇ ਵਹਿਮ ਕਰਦਾ ਸੀ ਜੀ, ਅੱਜ ਕਿਤੇ ਜੇ ਮੰਗਲਵਾਰ ਮੈਂ ਨਹੁੰ ਕੱਟ ਲਏ ਤੇ ਮੇਰਾ ਬੁਰਾ ਹੋਏਗਾ, ਵੀਰਵਾਰ ਮੈਂ ਸਿਰ ਨਹੀਂ ਧੋ ਸਕਦਾ, ਸ਼ਨਿਚਰਵਾਰ ਆਹ ਕੰਮ ਨਹੀਂ ਕਰਨਾ, ਮੰਗਲਵਾਰ ਨਵੀਂ ਚੀਜ਼ ਨਹੀਂ ਲੈਣੀ। ਪਰ ਜਦੋਂ ਹੁਣ ਮਹਾਂਪੁਰਖਾਂ ਦੀ ਸੰਗਤ ਹੋਈ, ਪਤਾ ਚੱਲ ਗਿਆ ਸਾਰੇ ਦਿਨ ਵਾਰ ਉਹਦੇ ਬਣਾਏ ਨੇ, ਕੋਈ ਦਿਨ ਵਾਰ ਮਾੜਾ ਨਹੀਂ। ਹਾਂ, ਉਹ ਦਿਨ ਵਾਰ ਮਾੜਾ ਜ਼ਰੂਰ ਜਿਸ ਦਿਨ ਤੋਂ ਨਿਤਨੇਮ ਨਹੀਂ ਕੀਤਾ, ਉਹ ਦਿਨ ਵਾਰ ਮਾੜਾ ਜ਼ਰੂਰ ਹੈ ਜਿਸ ਦਿਨ ਤੋਂ ਕਿਸੇ ਮਹਾਂਪੁਰਖ ਦੀ ਕਮਾਈ ਵਾਲੇ ਦੀ ਨਿੰਦਿਆ ਕਰਨ ਲੱਗ ਪਏ। ਬਾਕੀ ਦਿਨ ਵਾਰ ਮਾੜਾ ਕੋਈ ਨਹੀਂ। ਇਹ ਕਦੀ ਵਹਿਮ ਭਰਮ ਕਰਿਆ ਨਾ ਕਰੋ। ਜਦ ਮਹਾਂਪੁਰਖਾਂ ਦੀ ਯਾਦ ਮਨਾ ਰਹੇ ਹੋ ਨਾ, ਮੇਰੀ ਦੋਵੇਂ ਹੱਥ ਜੋੜ ਬੇਨਤੀ, ਜੇ ਕੋਈ ਵੀ ਇੱਥੇ ਇਹੋ ਜਿਹੇ ਵਹਿਮ ਭਰਮ ਕਰਨ ਵਾਲਾ ਬੈਠਾ ਹੋਵੇ ਤੇ ਅੱਜ ਇਹ ਚੀਜ਼ਾਂ ਛੱਡ ਕੇ ਜਾਇਓ। ਇਹ ਬੇਨਤੀ ਜੀ, ਮੰਗਲਵਾਰ ਮੈਂ ਸਿਰ ਨਹੀਂ ਧੋਣਾ, ਵੀਰਵਾਰ ਕੱਪੜੇ ਨਹੀਂ ਧੋਣੇ, ਫਲਾਣਾ ਕੰਮ ਨਹੀਂ ਕਰਨਾ, ਨਹੁੰ ਨਹੀਂ ਕੱਟਣੇ, ਇੱਦਾਂ ਨਹੀਂ। ਨਹੀਂ, ਇਹ ਸਾਨੂੰ ਨਹੀਂ ਚੀਜ਼ਾਂ ਸੁਭਦੀਆਂ। ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਅਸੀਂ ਕਈ ਇੱਥੇ ਬੈਠੇ ਹੋਣਗੇ, ਚਲੋ ਤੁਹਾਡੇ ਤੇ ਕਿਰਪਾ, ਮੈਂ ਤੁਹਾਡੀ ਗੱਲ ਨਹੀਂ ਕਰਦਾ। ਕਈ ਤੁਹਾਡੇ ਲਿੰਕ ਵਿੱਚ ਇਹੋ ਜਿਹੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਜੀ ਵੀਰਵਾਰ ਦਾ ਦਿਨ ਬੜਾ ਮਾੜਾ, ਇੱਦਣ ਨਵਾਂ ਕੰਮ ਨਹੀਂ ਕਰਨਾ, ਇੱਦਣ ਫਲਾਣਾ ਕੰਮ ਨਹੀਂ। ਹੁਣ ਦੱਸੋ, ਕਈ ਬੰਦਿਆਂ ਦਾ ਜਨਮ ਹੀ ਵੀਰਵਾਰ ਹੋਇਆ ਹੁੰਦਾ? ਦੱਸੋ, ਹੁਣ ਜਦੋਂ ਬੱਚਾ ਘਰ ਦੇ ਵਿੱਚ ਜਨਮ ਲੈਣ ਲੱਗੇ ਉਹਨੂੰ ਕਿਹਾ ਕਰੋ ਅੱਜ ਨਾ ਆਈ, ਅੱਜ ਵੀਰਵਾਰ ਦਿਨ ਬੜਾ ਭੈੜਾ ਹੀ, ਕਹਿ ਦਿਓ ਵਾਹਿਗੁਰੂ। ਇਹਨਾਂ ਦੇ ਨਹੀਂ ਨਾ ਹੁੰਦਾ, ਇਹਨਾਂ ਦੇ ਨਹੀਂ ਨਾ ਹੁੰਦਾ। ਹੁਣ ਕਈ ਘਰਾਂ ਦੇ ਵਿੱਚੋਂ ਗਏ ਵੀ ਵੀਰਵਾਰ ਹੋਣਗੇ, ਆਈ ਚਲਾਈ ਲੱਗੀ ਹੈ ਨਾ, ਆਵਣ ਜਾਣ ਇੱਕ ਖੇਲ ਬਣਾਇਆ, ਜਿਹੜਾ ਆਇਆ ਉਹਨੇ ਜਾਣਾ ਵੀ ਹੈ। ਕਈ ਵੀਰਵਾਰ ਗਏ ਵੀ ਹੋਣਗੇ, ਸਰੀਰਕ ਜਾਮਾ ਛੱਡਿਆ ਵੀ ਹੋਏਗਾ। ਜਿਹੜੇ ਵੀਰਵਾਰ ਜਾਣ ਲੱਗਣ ਉਹਨਾਂ ਨੂੰ ਰੋਕਿਆ ਕਰੋ ਅੱਜ ਦਾ ਦਿਨ ਬੜਾ ਭੈੜਾ ਹੀ, ਅੱਜ ਨਾ ਜਾਈ। ਜੇ ਪਿਆਰੇ ਹੋ, ਪਰਮੇਸ਼ਰ ਨੇ ਕੋਈ ਦਿਨ ਵਾਰ ਦੇ ਨਾਲ ਵਿਤਕਰਾ ਨਹੀਂ ਕੀਤਾ ਤੇ ਤੂੰ ਕਿਉਂ ਕਰਦੇ? ਗੱਲ ਇੰਨੀ ਕੁ ਹੈ ਬਸ। ਕੋਈ ਵੀ ਦਿਨ ਵਾਰ ਮਾੜਾ ਨਹੀਂ, ਦਿਨ ਵਾਰ ਉਹ ਮਾੜਾ ਹੈ ਜਿਸ ਦਿਨ ਤੋਂ ਨਿਤਨੇਮ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਉਹ ਦਿਨ ਵਾਰ ਤੇਰੇ ਲਈ ਜ਼ਰੂਰ ਮਾੜਾ, ਬਾਕੀ ਹੋਰ ਕੋਈ ਨਹੀਂ। ਵਹਿਮ ਭਰਮ ਛੱਡੋ, ਕਦੀ ਰਾਸ਼ੀਆਂ ਦੇ ਵਹਿਮ, ਕਦੀ ਟੇਵਿਆਂ ਦੇ ਵਹਿਮ, ਕਦੀ ਕੋਈ ਚੀਜ਼ਾਂ ਦੇ ਵਹਿਮ। ਦੱਸੋ, ਕਈ ਕੁੰਡਲੀਆਂ ਮਿਲਾ ਕੇ ਵਿਆਹ ਕਰਦੇ ਨੇ, ਸਿੱਖਾਂ 'ਚ ਵੀ ਰਿਵਾਜ਼ ਤੁਰ ਪਏ ਨੇ ਕੁੰਡਲੀ ਮਿਲਾ ਕੇ ਵਿਆਹ ਕਰਨਾ। ਜਿਨ੍ਹਾਂ ਨੇ ਕੁੰਡਲੀਆਂ ਮਿਲਾ ਕੇ ਵਿਆਹ ਕੀਤੇ, ਦੱਸੋ ਅੱਜ ਤੱਕ ਸੁਖੀ ਨੇ? ਕੁੰਡਲੀਆਂ ਨਾ ਮਿਲਾਓ, ਇਹ ਵੇਖਿਆ ਕਰੋ ਜਿੱਥੇ ਮੇਰਾ ਰਿਸ਼ਤਾ ਹੋ ਰਿਹਾ ਜਾਂ ਮੇਰੇ ਬੱਚੇ ਦਾ ਰਿਸ਼ਤਾ ਹੋ ਰਿਹਾ, ਉਸ ਘਰ 'ਚ ਗੁਰਸਿੱਖੀ ਹੈ ਕਿ ਨਹੀਂ? ਕਹਦੇ ਵਾਹਿਗੁਰੂ। ਇਹ ਚੀਜ਼ਾਂ ਨੋਟ ਕਰਿਆ ਕਰੋ। ਮਹਾਂਪੁਰਖਾਂ ਦੀ ਜਦੋਂ ਸ਼ਰਨ ਵਿੱਚ ਬੰਦਾ ਆਇਆ, ਕਹਿੰਦੇ ਵੱਡੀ ਕਿਰਪਾ ਵਰਤੀ, ਮਾਇਆ ਮੋਹ ਭਰਮ ਭਾਓ। ਹੁਣ ਡਰ ਵੀ ਸਾਰੇ ਮੁੱਕ ਗਏ, ਅੱਗੇ ਡਰਦਾ ਸੀ ਨਿੱਕੀ ਨਿੱਕੀ ਗੱਲ ਤੋਂ, ਹੁਣ ਡਰ ਵੀ ਸਾਰੇ ਮੁੱਕ ਗਏ। ਪਤਾ ਲੱਗ ਗਿਆ ਕਿ ਜਿਹੜਾ ਨਿਡਰ ਹੈ ਉਹ ਮੇਰਾ ਮਿੱਤਰ ਹੈ, ਉਹ ਮੇਰੇ ਹਰ ਵੇਲੇ ਨਾਲ ਹੈ, ਹਰ ਵੇਲੇ ਮੇਰੇ ਅੰਗ ਸੰਗ ਹੈ। ਤੇ ਜਦੋਂ ਉਹ ਨਿਡਰ ਮੇਰੇ ਹਰ ਵੇਲੇ ਅੰਗ ਸੰਗ ਹੈ ਤੇ ਫਿਰ ਮੈਨੂੰ ਕਾਹਦਾ ਡਰ ਹੈ? ਨਿਰਭਉ ਜਪੇ ਸਗਲ ਭਉ
ਮਿਟੈ ਕਹਦੇ ਵਾਹਿਗੁਰੂ ਕਹਿੰਦੇ ਮਾਇਆ ਮੋਹ ਭਰਮ ਭਉ ਕਾਟੇ ਸੰਤ ਸਰਣ ਜੋ ਆਵੇ ਜੋ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਉਂਦਾ ਹੈ ਆ ਮਹਾਂਪੁਰਖਾਂ ਦੀ ਸੰਗਤ ਕਰਨ ਦਾ ਵੱਡੇ ਲਾਭ ਅੱਜ ਸੁਣ ਰਹੇ ਹੋ ਤੁਸੀਂ ਕਹਿੰਦੇ ਉਹਦੇ ਮਾਇਆ ਦੇ ਮੋਹ ਡਰ ਭਉ ਭਰਮ ਭਟਕਣਾ ਇਹ ਸਾਰੀਆਂ ਚੀਜ਼ਾਂ ਮੁੱਕ ਗਈਆਂ ਜਿਹੜਾ ਮਹਾਂਪੁਰਖਾਂ ਦੀ ਸੰਗਤ ਵਿੱਚ ਆਇਆ ਤੇ ਅੱਗੇ ਕਹਿੰਦੇ ਜਿਹਾ ਮਨੋਰਥ ਕਰ ਅਰਾਧੇ ਸੋ ਸੰਤਨ ਤੇ ਪਾਵੇ ਕਹਿੰਦੇ ਮਹਾਂਪੁਰਖਾਂ ਦੇ ਉੱਤੇ ਜਿਹੋ ਜਿਹੀ ਭਾਵਨਾ ਬਣਾ ਕੇ ਕੋਈ ਅਰਦਾਸ ਕਰਦਾ ਉਹੋ ਜਿਹਾ ਫਲ ਉਹਦੀ ਝੋਲੀ 'ਚ ਪੈਂਦਾ ਕਹਿੰਦੇ ਵਾਹਿਗੁਰੂ ਦੱਸੋ ਪੈਂਦਾ ਕਿ ਨਹੀਂ ਜਿਹੋ ਜਿਹੀ ਭਾਵਨਾ ਬਣਾ ਕੇ ਅਰਦਾਸ ਕੋਈ ਕਰਦਾ ਮਹਾਂਪੁਰਖਾਂ ਦੇ ਅੱਗੇ ਮਹਾਂਪੁਰਖ ਉਹਦੀ ਭਾਵਨਾ ਨੂੰ ਪੂਰੀਆਂ ਕਰ ਦਿੰਦੇ ਨੇ ਕਮਾਈ ਵਾਲੇ ਓਹੋ ਇੱਕ ਵਾਰੀ ਬੋਲੋ ਵਾਹਿਗੁਰੂ ਭੁੱਲ ਗਏ ਹੋ ਫਿਰ ਗੱਜ ਕੇ ਬੋਲੋ ਕਹਿੰਦੇ ਜਿਹਾ ਮਨੋਰਥ ਕਰ ਅਰਾਧੇ ਸੋ ਸੰਤਨ ਤੇ ਪਾਵੇ ਤੇ ਅਖੀਰਲੀਆਂ ਪੰਕਤੀਆਂ ਚ ਕਹਿੰਦੇ ਕਹਿੰਦੇ ਜਨ ਕੀ ਮਹਿਮਾ ਕੇਤਕ ਵਰਨੋ ਕਹਿੰਦੇ ਜਿਹੜੇ ਸੇਵਕ ਆਪਣੇ ਪ੍ਰਭੂ ਦੇ ਪਿਆਰੇ ਨੇ ਉਹਨਾਂ ਦੀ ਕਿੰਨੀ ਕੁ ਵਡਿਆਈ ਮੈਂ ਬਿਆਨ ਕਰਾਂ ਜਨ ਕੀ ਮਹਿਮਾ ਕੇਤਕ ਵਰਨੋ ਜੋ ਪ੍ਰਭ ਆਪਣੇ ਭਾਣੇ ਜਿਹੜੇ ਆਪਣੇ ਪ੍ਰਭੂ ਨੂੰ ਭਾ ਹੀ ਗਏ ਨੇ ਉਹਨਾਂ ਦੀ ਮੈਂ ਕੀ ਵਡਿਆਈ ਵਰਨ ਕਰਾਂ ਉਹਨਾਂ ਦੀ ਕੀ ਵਡਿਆਈ ਮੈਂ ਆਖਾਂ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਕਹਿੰਦੇ ਜਿਨ੍ਹਾਂ ਨੂੰ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਪੰਜਵੇਂ ਗੁਰੂ ਨਾਨਕ ਕਹਿੰਦੇ ਜਿਹਨੂੰ ਵੀ ਗੁਰੂ ਮਿਲ ਗਿਆ ਜਿਹਨੂੰ ਵੀ ਪਰਮਾਤਮਾ ਮਿਲ ਗਿਆ ਸੇ ਸਭ ਤੇ ਭਏ ਨਿਕਾਣੇ ਉਹਦੀਆਂ ਸਾਰੀਆਂ ਮੁਥਾਜੀਆਂ ਖਤਮ ਹੋ ਗਈਆਂ ਕਹਿੰਦੇ ਵਾਹਿਗੁਰੂ ਜਾਂ ਤੂੰ ਮੇਰੇ ਵੱਲ ਖੈਂ ਸਾਰੇ ਬੋਲੋ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਦ ਸਭ ਕਿਛ ਮੈਨੂੰ ਜਾਂ ਤੇਰਾ ਲਖਮੀ ਤੋਟ ਨਾ ਵਈ ਖਾਇ ਖਰਚ ਰਹੰਦਾ ਲੱਖ 84 ਮੇਦਨੀ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀ ਹੈ ਜਾਂ ਤੁਦ ਭਾਵੰਦਾ ਜਿਹੜੇ ਪਿਆਰੇ ਹੋ ਗੁਰੂ ਦੇ ਨਾਲ ਇੱਕ ਮਿਕ ਹੋ ਗਏ ਉਹਨਾਂ ਦੀਆਂ ਸਾਰੀਆਂ ਮੁਸ਼ੰਦਗੀਆਂ ਖਤਮ ਹੋ ਗਈਆਂ ਗੁਰੂ ਕਿਰਪਾ ਕਰੇ ਅੱਜ ਦਾ ਇਹ ਸ਼ਬਦ ਸਤਿਗੁਰਾਂ ਨੇ ਕਿਰਪਾ ਕਰਕੇ ਕੁਝ ਸਮਾਂ ਵਿਚਾਰ ਕਰਾਈ ਇੱਕ ਵਾਰੀ ਇਹ ਪੰਕਤੀ ਪੜ੍ਹੋ ਉਸ ਤੋਂ ਬਾਅਦ ਜੋ ਸੰਗਤ ਵੱਲੋਂ ਹੁਕਮ ਹੈ ਬੱਚਿਆਂ ਦੇ ਔਗਣ ਜਿਵੇਂ ਮਾਣਾ ਚਿਤਾਰਦੀ ਇਹ ਪੜ੍ਹ ਕੇ ਫਿਰ ਕੀਰਤਨ ਦੀ ਸਮਾਪਤੀ ਹੋਏਗੀ ਭੁੱਲਾਂ ਚੁੱਕਾਂ ਤੁਸੀਂ ਸਭ ਨੇ ਬਖਸ਼ ਦੇਣੀਆਂ ਆਓ ਜਿੱਥੋਂ ਸ਼ੁਰੂ ਕੀਤਾ ਸੀ ਸ਼ਬਦ ਬੜੇ ਪਿਆਰ ਦੇ ਨਾਲ ਸਭ ਨੂੰ ਬੇਨਤੀ ਮੈਂ ਕਰਦਾ ਸਾਰੇ ਕੀਰਤਨ ਕਰਿਆ ਕਰੋ ਨਾਲ ਨਾਲ ਢਿੱਲੀ ਆਵਾਜ਼ ਨਾ ਆਵੇ ਗੱਜ ਕੇ ਸਾਰੀ ਸੰਗਤ ਬੋਲਿਓ ਕਿਵੇਂ ਕਹਿ ਰਹੇ ਪੰਜਵੇਂ ਪਾਤਸ਼ਾਹ ਸਾਰੀ ਸੰਗਤ ਬੋਲੋ ਪਿਆਰ ਨਾਲ ਹਰ ਸੰਤਾਂ ਜੇਵਡ ਨਾ ਕੋਈ ਮੇਰੇ ਦਾ ਮੇਰੇ ਹਾਂ ਪੜੋ ਮੇਰੇ ਦਾ ਸੰਤਾਂ ਜੇ ਵਡੇ ਨਾ ਕੋਈ ਮੇਰੇ ਦਾ ਮੇਰੇ ਦਾ ਸਾਰੇ ਮੇਰੇ ਦਾ ਮੇਰੇ ਦਾ ਭਗਤਾਂ ਬਣਿਆ ਜਲ ਥਲ ਮਹੀ ਅਲ ਸੋਈ ਹਰ ਸੰਤਾ ਜੇ ਵਡੇ ਨਾ ਕੋਈ ਮੇਰੇ ਦਾ ਸੰਗਤ ਗੱਜ ਕੇ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਰ ਸੰਤਾ ਜੇ ਵਡੈ ਨਾ ਕੋਈ ਨਾ ਕੋਈ ਮੇਰੇ ਰਾਮ ਮੇਰੇ ਰਾਮ ਪੜੋ ਮੇਰੇ ਰਾਮ ਮੇਰੇ ਸਤਿਗੁਰੂ ਕਿਰਪਾ ਕਰਨ ਇਤਨੀ ਕੁ ਸੇਵਾ ਪ੍ਰਵਾਨ ਕਰਨਾ ਭੁੱਲਾਂ ਚੁੱਕਾਂ ਤੁਸੀਂ ਸਭ ਨੇ ਬਖਸ਼ਣੀ ਆ ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦੇ ਰਹੇ ਗੁਰੂ ਨਾਨਕ ਜੀ ਦੀ ਕਿਰਪਾ ਪਰਮ ਪੂਜਨੀਕ ਪਰਮ ਸਤਿਕਾਰਯੋਗ ਭਾਈ ਸਾਹਿਬ ਗੁਰਇਕਬਾਲ ਸਿੰਘ ਦੀਆਂ ਸੀਸਾਂ ਪ੍ਰੇਰਨਾ ਦਾ ਸਦਕਾਵ ਜੀ ਦੀ ਮਾਇਆ ਵਿਧਵਾ ਬੀਬੀਆਂ ਦੇ ਮੂੰਹ 'ਚ ਅੰਨ ਦਾ ਦਾਣਾ ਬਣ ਕੇ ਪਹੁੰਚਦੀ ਉਹ ਵਿਧਵਾ ਬੀਬੀਆਂ ਜਿਹਨਾਂ ਦੇ ਛੋਟੇ ਛੋਟੇ ਬੱਚੇ ਘਰ 'ਚ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ ਅਤੇ ਨਾਲ ਤੋਂ ਇਤਿਹਾਸਕ ਗੁਰਦੁਆਰੇ ਬਾਬਾ ਦੀਪ ਸਿੰਘ ਦਾ ਜਨਮ ਅਸਥਾਨ ਪਉਮਿੰਡ ਸਾਹਿਬ ਭਾਈ ਤਾਰੂ ਸਿੰਘ ਦਾ ਜਨਮ ਅਸਥਾਨ ਪੋਲਾ ਸਾਹਿਬ ਉੱਥੋਂ ਦੀ ਵੀ ਸਾਰੀ ਕਾਰ ਸੇਵਾ ਬੇਅੰਤ ਕਾਰਜ ਤੁਹਾਡੇ ਦਿੱਤੇ ਸਹਿਯੋਗ ਨਾਲ ਚੱਲਦੇ ਨੇ ਆਓ ਅਖੀਰ 'ਤੇ ਜੋ ਸੰਗਤ ਵੱਲੋਂ ਹੁਕਮ ਹੈ ਬੜੇ ਪਿਆਰ ਵਿੱਚ ਬੱਚਿਆਂ ਦੇ ਔਗਣ ਜਿਵੇਂ ਮਾਂ ਨਾ ਚਿਤਾਰਦੀ ਤਿਵੇਂ ਮੇਰੇ ਔਗਣ ਨਾ ਚਿਤਾਰੀ ਮਾਲਕਾ ਨਾਲ ਭਾਈ ਸਾਹਿਬ ਗੁਰਇਕਬਾਲ ਸਿੰਘ ਜੀ ਮਹਾਂਪੁਰਖਾਂ ਦੀਆਂ ਸੀਡੀਆਂ ਦਾ ਉਹਨਾਂ ਦੀਆਂ ਕਿਤਾਬਾਂ ਦਾ ਬਾਹਰ ਸਟਾਲ ਲੱਗਿਆ ਜਿਹੜੀ ਸੰਗਤ ਉੱਚੇ ਸਮਝੇ ਬਾਹਰੋਂ ਸੀਡੀਆਂ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਅੱਜ ਬੜੀ ਵੱਡੀ ਕਿਰਪਾ ਵਰਤੀ ਬੜੀ ਵੱਡੀ ਮਿਹਰ ਵਰਤੀ ਜੋ 113 ਪ੍ਰਾਣੀ ਸਵੇਰ ਦੇ ਦੀਵਾਨ ਵਿੱਚ ਅੰਮ੍ਰਿਤ ਛੱਕ ਕੇ ਗੁਰੂ ਦੇ ਜਹਾਜ਼ੇ ਚੜ੍ਹੇ ਨੇ 113 ਪ੍ਰਾਣੀਆਂ ਨੇ ਅੱਜ ਅੰਮ੍ਰਿਤ ਪਾਨ ਕੀਤਾ ਤੁਹਾਨੂੰ ਖੁਸ਼ੀ ਨਹੀਂ ਹੁੰਦੀ ਹਾਂ ਜਕਾਰੇ ਲਾ ਹਾਂ ਜਕਾਰੇ ਲਾਉਣ ਵਿੱਚ ਨਾ ਜਕਾਰੇ ਲਾਉਣ 'ਚ ਤੁਸੀਂ ਢਿੱਲੇ ਸੀ ਸਵੇਰੇ ਵੀ ਕੀਰਤਨ ਕੀਤਾ ਏਡੀਆਂ ਪਿਆਰੀਆਂ ਪਿਆਰੀਆਂ ਬਾਤਾਂ ਕਈ ਵਾਰੀ ਹੁੰਦੀਆਂ ਤੁਸੀਂ ਜਕਾਰੇ ਨਹੀਂ ਛੱਡਦੇ ਵਿੱਚ ਕਹਦੇ ਵਾਹਿਗੁਰੂ ਹੈ ਹੁਣ ਵੀ ਇੱਕ ਵੀ ਜਕਾਰਾ ਨਹੀਂ ਛੱਡਿਆ ਤੁਸੀਂ ਅਤੇ ਹੁਣ ਵੀ ਜਦੋਂ ਅੰਮ੍ਰਿਤ ਸੰਚਾਰ ਬਾਰੇ ਗਿਆ ਉਹ ਤੁਹਾਡੇ ਕੋਲ ਕਹਿ ਕੇ ਛਡਵਾਏ ਕਹਿ ਕੇ ਕੰਮ ਕਰਾਇਆ ਅਤੇ ਕੱਲ੍ਹ ਤੋਂ ਇਹ ਚੀਜ਼ ਦਾ ਖਿਆਲ ਰੱਖਿਓ ਜਦੋਂ ਕੀਰਤਨ ਵਿੱਚ ਵੀ ਕੋਈ ਪਿਆਰ ਵਾਲੀ ਬਾਤ ਹੋਵੇ ਜਕਾਰਾ 'ਚ ਇਹਦੇ ਨਾਲ ਕੀ ਹੁੰਦਾ ਜਿਹੜਾ ਬੋਲ ਰਿਹਾ ਉਹਨੂੰ ਹੋਰ ਬਲ ਮਿਲਦਾ ਉਤਸ਼ਾਹ ਮਿਲਦਾ ਉਤਸ਼ਾਹ ਤੋ ਗੁਰੂ ਕਿਰਪਾ 113 ਪ੍ਰਾਣੀ ਅੱਜ ਅੰਮ੍ਰਿਤ ਛੱਕ ਕੇ ਗੁਰੂ ਦੇ ਜਾਜੇ ਚੜ੍ਹੇ ਨੇ ਬੜੀ ਮਿਹਰ